ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੀਂ ਵੀਡੀਓ ਦੇ ਵਿੱਚ ਪਿਛਲੇ ਦਿਨ 23 10 2022 ਨੂੰ ਜੋ ਸਰੋਂ ਦੀ ਬਜਾਈ ਕੀਤੀ ਸੀ ਇੱਕ ਪੋਰ ਵਾਲੀ ਹਲੀ ਨਾਲ ਤੇ ਅੱਜ ਉਸੇ ਸਰੋਂ ਦੇ ਖੇਤ ਦਾ ਨਿਰਿਖਣ ਕਰਾਂਗੇ ਜੀ ਵੀ ਸੀਡ ਜਰਮੀਨੇਸ਼ਨ ਕਿਸ ਤਰ੍ਹਾਂ ਹੋ ਰਹੀ ਹੈ ਉਹਦੀ ਸਮਾ ਸਵੇਰ ਦਾ 7:30 ਵਜੇ ਦਾ ਤੇ ਪਿਛਲੇ 2-3 ਦਿਨਾਂ ਤੋਂ ਅੱਗ ਜ਼ਿਆਦਾ ਲੱਗਣ ਕਰਕੇ ਸੂਰਜ ਨਹੀਂ ਦਿਖਾਈ ਦੇ ਰਿਹਾ ਚਾਰੇ ਪਾਸੇ ਧੂئیں ਧੂਆਂ ਦਿਖਾਈ ਦੇ ਰਿਹਾ ਤੇ ਜਰਮੀਨੇਸ਼ਨ ਦੇਖਣ ਲਈ ਜਿਹੜਾ ਸਮਾਂ ਸਹੀ ਸਮਾਂ ਹੁੰਦਾ ਉਹ ਸਵੇਰ ਦਾ ਜਾਂ ਸ਼ਾਮ ਦੀ ਹੁੰਦਾ ਹੈ ਦਿਨ ਦੇ ਟਾਈਮ ਸੂਰਜ ਦੀ ਰੋਸ਼ਨੀ ਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਦਾ ਕਿੰਨਾ ਕਿ ਸੀਡ ਜਰਮੀਨੇਟ ਹੁੰਦਾ ਕਿਉਂਕਿ ਰਾਤ ਨੂੰ ਗਿੱਲ ਚੜਦੀ ਹੈ ਤੇ ਸੀਡ ਜ਼ਿਆਦਾਤਰ ਰਾਤ ਨੂੰ ਹੀ ਜਰਮੀਨੇਟ ਹੁੰਦਾ ਹੈ ਸਵੇਰੇ ਸਵੇਰੇ ਘੱਟ ਰੋਸ਼ਨੀ ਦੇ ਵਿੱਚ ਆਪਾਂ ਨੂੰ ਬਿਲਕੁਲ ਪਤਾ ਲੱਗ ਜਾਂਦਾ ਵੀ ਕਿੰਨਾ ਕਿ ਸੀਡ ਜਰਮੀਨੇਟ ਹੋ ਰਿਹਾ ਤੇ ਸਾਫ਼ ਦਿਖਾਈ ਦੇ ਜਾਂਦਾ ਤੁਹਾਨੂੰ ਚਲਦੇ ਆਂ ਜੀ ਆਪਾਂ ਖੇਤੇ ਵਿੱਚ ਇਹ ਸਰੋਂ ਜੋ ਉਸ ਦਿਨ ਇੱਕ ਪੂਰ ਵਾਲੀ ਹਲੀ ਨਾਲ ਬੀਜੀ ਸੀ 2 ਸਿਆੜ ਛੱਡ ਕੇ ਪਹਿਲੇ ਤੇ ਚੌਥੇ ਸਿਆੜ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜਰਮੀਨੇਸ਼ਨ ਬਹੁਤ ਹੀ ਅੱਛੀ ਹੋਈ ਹੈ ਬਹੁਤ ਹੀ ਸੋਹਣੀ ਸਰੋਂ ਦੀ ਜਰਮੀਨੇਸ਼ਨ ਹੋਈ ਹੈ ਤੇ ਇਹਦੇ ਵਿੱਚ ਇਦਾਂ ਵੀ ਜਿੱਥੇ ਕਿਤੇ ਥੋੜਾ ਬਹੁਤ ਸੀਡ ਜ਼ਿਆਦਾ ਉੱਗਾ ਹੈ ਬੀਜ ਜ਼ਿਆਦਾ ਉੱਗਾ ਹੈ ਪਹਿਲੇ ਪਾਣੀ ਦੇ ਵਿੱਚ ਉਹਨੂੰ ਉੱਥੋਂ ਵਿਰਲਾ ਕਰ ਲਿਆ ਜਾਏਗਾ ਤੇ ਜਿੱਥੇ ਸੀਡ ਨਹੀਂ ਹੈਗਾ ਬੀਜ ਕਿੱਥੇ ਬੂਟਾ ਨਹੀਂ ਹੈਗਾ ਤੇ ਗਿੱਟ ਦੇ ਫਾਸਲੇ ਨਾਲ ਉੱਥੇ ਲਗਾ ਦਿੱਤਾ ਜਾਊਗਾ ਤੇ ਪਾਣੀ ਦੇ ਵਿੱਚੋਂ ਨਾਲ ਦੀ ਨਾਲ ਚੱਲ ਪਏਗਾ ਬੂਟਾ ਨਹੀਂ ਮਰੇਗਾ ਜਿੱਥੇ ਜ਼ਿਆਦਾ ਸੰਘਣੀ ਸਰੋਂ ਹੈ ਉੱਥੋਂ ਕੱਢ ਲਈ ਜਾਏਗੀ ਤੇ ਜਿੱਥੇ ਥੋੜੀ ਬਹੁਤ ਛਿੱਧੀ ਹੈ ਵਿਰਲੀ ਹੈ ਉੱਥੇ ਲਗਾ ਦਿੱਤੀ ਜਾਓ ਐਵੇਂ ਸਰੋਂ ਬਹੁਤ ਹੀ ਸੋਹਣੀ ਜਰਮੀਨੇਟ ਹੋਈ ਹੈ ਤਕਰੀਬਨ ਸਾਰੀ ਸਰੋਂ ਇੱਕੋ ਨਾਲ ਦੀ ਜਰਮੀਟ ਹੋ ਰਹੀ ਹੈ ਕਿਤੇ ਕਿਤੇ ਜਿੱਥੇ ਨਹੀਂ ਸਰੋਂ ਜਰਮੀਟ ਹੋਈ ਉੱਥੇ ਦੇਖਿਆ ਮੈਂ ਥੋੜਾ ਬਹੁਤ ਪਟਕੇ ਤੇ ਮਿੱਟੀ ਸਾ이드 ਤੇ ਕਰਕੇ ਕਈ ਵਾਰ ਦਾਣਾ ਨਾ ਸੀਡ ਦਾਣਾ ਥੋੜਾ ਡੂੰਗਾ ਚਲਾ ਜਾਂਦਾ ਕਿਤੇ ਤੇ ਕਿਤੇ ਥੋੜੀ ਬਹੁਤ ਗਿੱਲ ਘੱਟ ਰਹਿ ਜਾਂਦੀ ਹੈ ਤੇ ਉਹਦੇ ਕਰਕੇ ਇੱਕ ਦੋ ਦਿਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਾਰੀ ਬਾਹਰ ਆ ਜਾਣੀ ਚਾਹੀਦੀ ਹੈ ਸਰੋਂ ਤੇ ਅੱਜ ਇਹਨੂੰ ਵਿਜਾਈ ਨੂੰ ਤਕਰੀਬਨ 8-9 ਦਿਨ ਹੋ ਚੁੱਕੇ ਨੇ 23-10 ਦੀ ਬਿਜਾਈ ਸੀ ਇਹ ਤੇ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਅੱਛੀ ਗਰੋਥ ਹੈ ਹਲੇ ਫਿਲਹਾਲ ਇਹਦੇ ਵਿੱਚ ਕੁਝ ਨਹੀਂ ਕਰਨਾ ਹਲੇ ਫਿਲਹਾਲ ਇਹ ਇਹਨਾਂ ਨੂੰ ਪਹਿਲਾ ਪਾਣੀ ਲੱਗੂਗਾ ਉਸ ਤੋਂ ਬਾਅਦ ਇਹਦੀ ਗੋਡੀ ਸਟਾਰਟ ਹੋ ਤੇ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਇਹਦੇ ਵਿੱਚ ਕੀ ਪਾਉਣਾ ਹੈ ਕਿੰਨਾ ਪਾਉਣਾ ਹੈ ਕਿੰਨੀ ਨਿਊਟ੍ਰੀਸ਼ਨ ਵੈਲਿਊ ਦੇਣੀ ਆਪਾਂ ਨੂੰ ਖਾਦ ਕਿੰਨੀ ਦੇਣੀ ਆ ਉਹਦੇ ਵੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਾਂਗੇ ਤੇ ਹਰੇ ਦੀ ਕੋਈ ਹਲੇ ਕਾਲੀ ਕਰਨ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਸਰੋਂ ਬਹੁਤ ਹੀ اچھی ਜਰਮੀਨੇਟ ਹੋ ਰਹੀ ਹੈ ਬੀਜ ਅਸੀਂ ਪਿਛਲੇ ਵਾ 3-4 ਸਾਲ ਤੋਂ ਉਹਨਾਂ ਨੂੰ ਦੇਖ ਰਹੇ ਹਾਂ ਕਾਫੀ ਕਿਸਾਨ ਬੀਜਦੇ ਨੇ ਤੇ ਇਹ ਵੱਢਣ ਲੱਗੇ ਕਿਰਦਾ ਨਹੀਂ ਹੈਗਾ ਬੀਜ ਇਹ ਪਈ ਵਾਰ ਕਈ ਬੀਜ ਹੁੰਦੇ ਨੇ ਨਾ ਇੱਕ ਦੋ ਦਿਨ ਚੜ ਜੇ ਜਰੋਂ ਤਾਂ ਆਪਾਂ ਨੂੰ ਵੱਢਣੀ ਪੈ ਜੇ ਤਾਂ ਕਿਰਨ ਲੱਗ ਜਾਂਦੀ ਹੈ ਤਾਂ ਇਹ ਟੜਕਦੇ ਵੀ ਨਹੀਂ ਹੈਗੇ ਕਿਰਦੀ ਵੀ ਨਹੀਂ ਹੈਗੇ ਤੇ ਦਾਣੇ ਇਹਦੇ ਬਹੁਤ ਮੋٹے ਹੁੰਦੇ ਨੇ ਚਮਕੀਲੇ ਮੋٹے ਬਿਲਕੁਲ ਕાળા ਰੰਗ ਦੇ ਦਿਸ ਤੇਲ ਵੀ ਅੱਛਾ ਨਿਕਲਦਾ ਇਹਦਾ ਝਾੜ ਵੀ ਵਧੀਆ ਹੁੰਦਾ ਇਹਦਾ ਦੇਖੋ ਬਹੁਤ ਹੀ ਅੱਛੀ ਸਰੋਂ ਜਰਮੀਨੇਟ ਹੋ ਰਹੀ ਹੈ ਸਾਰੇ ਖੇਤ ਦੇ ਵਿੱਚ ਇੱਕ ਬਰਾਬਰ ਹੀ ਜਰਮੀਨੇਟ ਹੋ ਰਹੀ ਹੈ ਥੋੜੇ ਬਹੁਤ ਕਿਤੇ ਵਿਰਲਾ ਪਈਆਂ ਨੇ ਪਰ ਉਹਨਾਂ ਨੂੰ ਸਹੀ ਕਰ ਲਿਆ ਜਾਊਗਾ ਪਹਿਲੇ ਪਾਣੀ ਤੇ ਨੇ ਕਿ ਤੁਸੀ ਦੇਖ ਸਕਦੇ ਹੋ ਬਾਹਣ ਚ ਪਹਿਲਾਂ ਬਿਜਾਈ ਦੇ ਸਮੇਂ ਥੋੜੀ ਗਿੱਲ ਜ਼ਿਆਦਾ ਹੋਣ ਕਰਕੇ ਦੋ ਦਿਨ ਨਹੀਂ ਬੀਜਿਆ ਤੇ ਉਹਦੇ ਕਰਕੇ ਗਿੱਲ ਟਿੱਗ ਗਈ ਤੇ ਉਹਦੇ ਕਰਕੇ ਹੋ ਸਕਦਾ ਕਿ ਤੋਂ ਇੱਕ ਦੋ ਦਿਨ ਦੇ ਵਿੱਚ ਬਾਦ ਨਿਕਲੇ ਵੈਸੇ ਸਰੋਂ ਨਿਕਲ ਜਾਂਦੀ ਹੈ ਸਾਰੀ ਕੋਈ ਏਦਾਂ ਹੀ ਦਿੱਕਤ ਨਹੀਂ ਆਉਂਦੀ ਤੇ ਇੱਕ ਮੇਰਾ ਭਰਾ ਕਹ ਰਿਹਾ ਸੀਗਾ ਫੋਨ ਕਰਕੇ ਕਾਫੀ ਦੇ ਫੋਨ ਆਏ ਮੈਨੂੰ ਇੱਕ ਕਈ ਨੇ ਹਲੀ ਦੇ ਬਾਰੇ ਪੁੱਛਿਆ ਤੇ ਸਭ ਨੂੰ ਵੀਡੀਓ ਭੇਜ ਦਿੱਤੀ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਸਭ ਨੇ ਆਪਣੇ ਹਿਸਾਬ ਨਾਲ ਹਲੀ ਤਿਆਰ ਕਰਵਾ ਲਈ ਹੋਵੇਗੀ ਤੇ ਇੱਕ ਮੇਰਾ ਭਰਾ ਕਹਿੰਦਾ ਸੀ ਕਿ ਮੈਨੂੰ ਹੁਣੇ ਦੱਸ ਦੋ ਮੈਂ ਸਪਰੇਅ ਕਰਨਾ ਤੇ ਪਰ ਹਲੇ ਟਾਈਮ ਨਹੀਂ ਤੇ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਸ਼ੇਅਰ ਜ਼ਰੂਰ ਕਰਦੇ ਹੋ